ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ ਮੱਲਾਵਾਲਾ ਦੇ ਮੇਨ ਚੌਂਕ ਦੇ ਵਿੱਚ ਮੋਦੀ ਸਰਕਾਰ ਤੇ ਉਸ ਦੀ ਜੁਰਲੀ ਦਾ ਪੁਤਲਾ ਫੂਕਿਆ ਇਹ 18 ਜਥੇਬੰਦੀਆਂ ਦੇ ਵੱਲੋਂ ਜੋ ਲਿਖਿਆ ਹੋਇਆ ਸੀਗਾ ਜੋ ਦੁਸਹਿਰੇ ਉੱਤੇ ਰਾਵਣ ਰੂਪੀ ਪੁਤਲਾ ਇਹਨੇ ਇਸ ਜੁਰਲੀ ਦਾ ਫੂਕਿਆ ਜਾਊਗਾ ਔਰ ਜੋ ਇਹ ਕਾਰਪੋਰੇਟ ਦੇ ਪੱਖ ਦੇ ਵਿੱਚ ਸਾਰਾ ਕੁਝ ਬਣਾਉਣ ਜਾ ਰਹੇ ਨੇ ਜੇ ਉਹ ਕਿਸਾਨੀ ਬਚੀ ਸੀ ਕਿਸਾਨੀ ਨੂੰ ਵੀ ਇਹ ਕਾਰਪੋਰੇਟ ਹੱਥੀਂ ਚ ਦੇਣ ਜਾ ਰਹੇ ਨੇ ਇਸ ਕਰਕੇ ਇਹ ਜਥੇਬੰਦੀਆਂ ਵੱਲੋਂ ਐਲਾਨ ਸੀ ਉਸ ਐਲਾਨ ਮੁਤਾਬਕ ਅੱਜ ਅਸੀਂ ਮੇਨ ਚੌਂਕ ਮੱਲਾਵਾਲ ਦੇ ਵਿੱਚ ਇਹਨਾਂ ਦਾ ਅਡਾਨੀਆਂ ਬਾਨੀਆਂ ਦਾ ਔਰ ਮੋਦੀ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਸਾਰਿਆਂ ਦਾ ਪੁਤਲਾ ਫੂਕ ਕੇ ਰੋਸ ਜ਼ਾਹਰ ਕੀਤਾ ਹੈ ਕਿ ਇਹ ਕਿਸਾਨ ਪੱਖੀ ਔਰ ਲੋਕ ਪੱਖੀ ਨੀਤੀਆਂ ਬਣਾਉਣ ਨਾ ਕਿ ਕਾਰਪੋਰੇਟ ਨੀਤੀਆਂ ਵਰਤਮਾਨ ਸਰਕਾਰ ਮੁਰਦਾਬਾਦ 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 ਹਰ ਪਿੰਡ ਕਿਸਾਨਾਂ ਨੂੰ ਨਾਨ ਸਾਹਿਬ ਦੇਣ ਵਾਲੀ ਪੰਜਾਬ ਸਰਕਾਰ ਮੁਰਦਾਬਾਦ 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 ਹਰ ਪੀੜਤਾਂ ਦੇ ਖਾਤੇ 'ਚ ਮਾਜਬਾ ਨਾ ਪਾਉਣ ਵਾਲੀ ਪੰਜਾਬ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ